ਔਰ ਸਾਰਿਆਂ ਤੋਂ ਵੱਡੀ ਬਾਤ ਜਿਹੜੀ ਹਰਾਮ ਹੈ ਅਤੇ ਜਿਹਦੇ ਨਾਲ ਦੀਨ ਤਬਾਹ ਹੋਇਆ ਪਹਿਲੀ ਉਮਤਾਂ 'ਚ ਸਾਡਾ ਵੀ ਹੋਇਆ ਉਹ ਆਖਰੀ ਬਾਤ ਹੈ ਜਿਹਦੇ ਤੋਂ ਚਾਰ ਜਿਲਦਾਂ ਇਲਾਮੁਲ ਮਕੀਨ ਅਨ ਰੱਬਿਲ ਆਲਮੀਨ ਲਿਖੀਆਂ ਕਿ ਦੀਨ ਬਿਆਨ ਕਰਨ ਵਾਲੇ ਲੋਕਾਂ ਨੂੰ ਬਹੁਤ ਮੁਹਤਾਤ ਹੋਣਾ ਚਾਹੀਦਾ। ਦੀਨ ਦੇ ਅੰਦਰ ਕੋਈ ਐਸੀ ਗੱਲ ਨਾ ਕਹੋ, ਯਾਨੀ ਅੱਗੇ ਤੋਂ ਅੱਗੇ ਚੱਲਦਿਆਂ ਚੱਲਦਿਆਂ ਆਖਿਆ ਵਾਨ ਤਕੂਲ ਅੱਲਾਹ ਹੈ ਮਾਲਾ ਤਾਲਾ, ਅੱਲਾਹ ਤਾਲਾ ਦਾ ਨਾਂ ਲੈ ਕੇ ਤੁਸੀਂ ਐਸੀ ਸ਼ਾਇ ਬਿਆਨ ਕਰੋ ਜਿਹੜੀ ਦਲੀਲ ਕੋਈ ਨਹੀਂ, ਅੱਲਾਹ ਤਾਲਾ ਦੀ ਤਰਫੋਂ ਤੁਹਾਡੇ ਕੋਲ ਉਹਦੇ ਬਾਰੇ 'ਚ ਇਲਮ ਕੋਈ ਨਹੀਂ, ਬਗੈਰ ਇਲਮ ਤੋਂ ਬਗੈਰ ਸਬੂਤ ਤੋਂ ਅੱਲਾਹ ਦੇ ਹਵਾਲੇ ਨਾਲ ਕਹੋ ਦੀਨ ਹੈ ਕਹਿੰਦਾ, ਇਹਨੂੰ ਆਖਰੀ ਹਰਾਮ ਸ਼ਾਇ ਕਰਾਰ ਦਿੱਤਾ। ਔਰ ਦੀਨ ਦੇ ਅੰਦਰ ਜਿੰਨੀ ਤਹਰੀਫ ਹੈ, ਤਬਦੀਲੀ ਹੈ, ਪੈਗੰਬਰਾਂ ਦੇ ਜਾਣ ਤੋਂ ਬਾਅਦ ਦੀਨ ਦਾ ਸੱਤਿਆਨਾਸ਼ ਹੋਇਆ, ਉਹ ਇਸੇ ਸ਼ਾਇ ਨਾਲ ਕਿ ਬਗੈਰ ਇਲਮ ਤੋਂ ਲੋਕ ਦੀਨ ਤੋਂ ਸ਼ਾਇਆ ਵਾੜ ਦਿੰਦੇ ਆ ਜਿਹੜੀਆਂ ਦੀਨ ਨਹੀਂ। ਤਾਂ ਅੱਜ ਵੀ ਤੁਹਾਡੇ ਸਾਹਮਣੇ ਉਹਦਾ ਇੱਕ ਨਮੂਨਾ ਆਉਣਾ, ਕਿਉਂਕਿ ਅੱਜ ਦੇ ਅਖਬਾਰਾਂ 'ਚ ਤੁਸੀਂ ਪੜ੍ਹ ਲਿਆ ਬਿਸ਼ਾਵਾ ਉਹਨਾਂ ਮੌਸਮ ਬੜਾ ਬਰਕਤਲਾ ਮਹੀਨਾ, ਇਹਦੀ 15ਵੀਂ ਰਾਤ ਜਿਹੜੀ ਨਾ ਸਭ ਕੁਛ ਇਹਦੇ ਜੀ 15ਵੀਂ ਰਾਤ ਨਫਲ ਪੜੋ ਅਤੇ ਰੋਜ਼ੇ ਰੱਖੋ ਤੋ, ਯਾਨੀ ਦੀਨ 'ਚ ਉਹ ਗੱਲਾਂ ਵਾੜ ਦਿੱਤੀਆਂ ਜਿਹਨਾਂ ਦਾ ਦੀਨ ਨਾਲ ਤਾਲੁਕੀ ਹੋਏ। ਬਿਲਕੁਲ, ਕੀ ਕਰੀਏ ਸਫਿਆਂ ਦੇ ਸਫੇ, ਕਿਤਾਬਾਂ ਦੀਆਂ ਕਿਤਾਬਾਂ, ਰਸਾਲੇ ਪੜ ਦਿੱਤੇ ਆ ਲੈਲਤਨ ਸਿਮਨ ਸ਼ਾਬਾ, ਕਿਸ਼ਾਬਾਨ ਦੀ 15ਵੀਂ ਰਾਤ ਦੀ ਆ ਫਜ਼ੀਲਤ ਹੈ। ਇਸ ਦਿਨ ਕਿਸਮਤ ਲਿਖੀ ਜਾਂਦੀ ਹੈ, ਮਰਨ ਜੰਮਣ ਵਾਲੇ ਲਿਖੇ ਜਾਂਦੇ, ਕੋਈ ਪੱਤੇ ਡਿੱਗ ਜਾਂਦੇ ਆ ਜਿਹਨਾਂ ਦੇ ਚੜ ਜਾਂਦੇ ਉਹ ਮਰ ਜਾਣੇ ਆ, ਕੋਈ ਉਗਾਉਂਦੇ ਆ ਉਹਨਾਂ ਨੇ ਪੈਦਾ ਹੋਣਾ। ਯਾਨੀ ਇਹ ਰਾਤ ਇੰਨੀ ਮਸ਼ਹੂਰ ਹੈ ਵੀ ਅੱਜ ਤਾਂ ਇਬਤਦਾਈ ਅੰਗਾਂ ਤੋਂ ਤੁਸੀਂ ਵੇਖਣਾ ਅਖਬਾਰ ਭਰੇ ਜਾਣੇ, ਔਰ ਸ਼ਾਇਦ ਹੀ ਕੋਈ ਮਸਜਿਦ ਹੋਵੇ ਜਿੱਥੇ ਬਿਆਨ ਨਹੀਂ ਹੋਣਾ ਵੀ ਸ਼ਬਰਾ ਤਾ ਅਤੇ ਸ਼ਬਰਾ। ਹਾਲਾਂਕਿ ਰੱਬ ਗਵਾ ਵਾਨ ਤਕੂਰ ਅੱਲਾਹ ਮਾਲਾ ਤਾ, ਬਗੈਰ ਇਨਮ ਤੋਂ ਗੱਲ ਕਹਿੰਦੇ ਨਾ ਕੁਰਾਨ ਨੇ ਇਹਦਾ ਜ਼ਿਕਰ ਕੀਤਾ ਹੈ 30 ਸਿਪਾਰੇ। ਬਿਲਕੁਲ ਲੈਲਤ ਨਿਸਮਿਨ ਸ਼ਾਬਾਨ, ਸ਼ਬ ਰਾਤ ਨਾਂ ਦੀ ਕਿਸੇ ਰਾਤ ਦਾ ਜ਼ਿਕਰ ਨਹੀਂ। ਲੋਕਾਂ ਨੇ ਖੈਂਚਾ ਤਾਂ ਨਹੀਂ ਕਰਕੇ ਨਾ ਤੂੰ ਘਸੀਟ ਕੇ ਐਵੇਂ ਲੈਲਤ ਮੁਬਾਰਕਾਂ ਨੂੰ ਖਿੱਚ ਲਿਆਂਦਾ ਸੂਰਾ ਦੁਖਾਨਦੀ ਨੂੰ ਕਿ ਉਹ ਬਰਕਤਲੀ ਰਾਤ। ਹਾਲਾਂਕਿ ਸਾਰੀ ਦੁਨੀਆ ਦੇ ਮੁਸਲਮਾਨ ਔਰ ਮਾਂ ਜਾਣਦੇ ਆ ਵੀ ਉਹ ਰਾਤ ਜਿਹਦੇ 'ਚ ਕੁਰਾਨ ਉਤਰਿਆ, ਰਮਜ਼ਾਨ ਦੀ ਇੱਕ ਰਾਤ ਹੈ, ਸ਼ਹਿਰ ਔਰ ਰਮਾਦਾਨ ਅੱਲਾ ਜੀ ਉਹਦੇ ਫੇਲ ਕੁਰਾਨ, ਔਰ ਉਹ ਰਾਤ ਉਹੀ ਹੈ ਜਿਹਨੂੰ ਅੱਲਾ ਨੇ ਇੰਨਾ ਨਜ਼ਲਨਾ ਫੇਲ ਲੈਲਤ ਕਦਰ ਆ ਗਈ, ਕਦਰ ਦੀ ਰਾਤ। ਉਸ ਕਦਰ ਦੀ ਰਾਤ 'ਚ ਕੁਰਾਨ ਉਤਰਿਆ ਹੈ ਲੈਲਤ ਮੁਬਾਰਕਾ, ਬਿਲਕੁਲ ਸ਼ਾਬਾਨ ਦੀ ਰਾਤ ਕੋਈ ਸ਼ਾਇ। ਮਗਰ ਇਹਦੇ ਬਾਰੇ 'ਚ ਰਵਾਇਤਾਂ ਇੰਨੀਆਂ ਮਸ਼ਹੂਰ ਆ ਤਾਂ ਤੁਸੀਂ ਆਲੇ ਰਲੋਂ ਮੁਤਨਾਹੀਆ ਹੀ ਅਗਰ ਇਹਨੇ ਜਾਉਦੀ ਰਹਿਮਤ ਲਾ ਲਓ ਜੀ ਦੂਸਰੀ ਜਦੋਂ ਉਠਾ ਲਓ 14-15 ਤੋਂ ਉੱਥੇ ਹੀ ਆ ਗਈ ਕਿ ਫਲਾਂ ਸਾਬੀ ਆ ਸੁਣਾਉਂਦਾ ਹਜ਼ੂਰ ਆਹ ਕਰ ਰਿਹਾ ਸੀ ਆਹ ਕਰ ਰਿਹਾ ਸੀ ਸਜਦੇ 'ਚ ਪੈਰ ਦੁਆ ਕਰਦੀ, ਮਗਰ ਸ਼ੁਕਰ ਹੈ ਵੀ ਉਹਨਾਂ ਨੇ ਕੱਲੀ ਕੱਲੀ ਦਾ ਪੋਸਟਮਾਰਟਮ, ਇਹਨਾਂ 'ਚੋਂ ਕੋਈ ਸਹੀ ਨਹੀਂ ਨਾ ਕਿਸੇ ਦਾ ਰਾਵੀ ਦਰੁਸਤ ਹੈ ਜਾਲੀ। ਤੋ ਮੁਸਲਮਾਨ ਨੂੰ ਜਦੋਂ ਇਹ ਜ਼ਵਾਲ ਦਾ ਸ਼ਿਕਾਰ ਹੋ ਗਿਆ, ਬਿਲਕੁਲ ਛੱਡ ਬੈਠੇ, ਨਾ ਕੋਈ ਜਿਹਾਦ, ਨਾ ਇਸਲਾਮੀ ਹਕੂਮਤ, ਨਾ ਕਰਨ ਦਾ ਕੋਈ ਕੰਮ, ਵੇਲਿਆ ਇਸ ਦਿਨ ਮਨਾਓ, ਕੋਈ ਨਾ ਕੋਈ ਦਿਨ ਲੱਭਣਾ ਚਾਹੀਦਾ ਜਿੱਦਣ ਹਲਵੇ ਪੱਕਣ, ਪੂੜੀਆਂ ਪੱਕਣ, ਨਾਚ ਗਾਣੇ ਔਰ ਆਪਣਾ ਨੱਚਣ ਟੱਪਣ ਖਾਣ ਪੀਣ, ਇਹ ਧੰਦਾ ਇਹਨਾਂ ਨੂੰ ਰਹਿ ਗਈ। ਇਸ ਪਾਰੋਂ ਉਸ ਜਾਹਲੀਅਤ ਦੇ ਦੌਰ ਸਮਝੋ, ਉਸ ਜ਼ਵਾਲ ਦੇ ਜ਼ਮਾਨੇ ਬੜੀ ਬਿਰਤਾਂ ਇਜਾਦ ਹੋਈਆਂ, ਲੋਕ ਹੈਰਾਨ ਹੋ ਜਾਂਦੇ ਯਾਰ ਮੌਲੀ ਤੂੰ ਐਵੇਂ ਇਸ ਤਰ੍ਹਾਂ ਬੋਲਦੋ ਜਿਹੜੀ ਫੇਰ ਦੇਣਾ ਵੀ ਗੱਲ ਕੋਈ ਹੋਵੇ ਤਾਂ ਫੇਰ ਗੱਲ ਕਰੀ ਹੈਂ। ਬਿਲਕੁਲ ਤਬਲੀਗੀ ਜਮਾਤ ਦੇ ਮੌਲਵੀ ਲੱਗੇ ਹੋਣੇ, ਦਿਓਬੰਦੀ ਲੱਗੇ ਹੋਣੇ, ਸ਼ਬਰਾਤ ਆ ਜਾਗੋ ਫਲਾਨਾ, ਉਹ ਖੁਦਾ ਦਿਓ ਬੰਦੇ ਉਹ ਅੱਲਾਹ ਦਾ ਦੀਨ ਆਉਂਦਾ, ਜੇ ਸਿਆਦਾ ਤੁਹਾਡੇ ਕੋਲ ਸਬੂਤ ਕੋਈ ਨਹੀਂ ਉਹ ਦੀਨ 'ਚ ਦਾਖਲ ਨਾ ਕਰੋ, ਬਿਲਕੁਲ ਕੋਈ ਇਹਦਾ ਜ਼ਿਕਰ ਨਾ ਕਰੋ, ਨਾ ਕੁਰਾਨ ਇਸ ਰਾਤ ਦਾ ਬਿਆਨ ਕਰਦਾ, ਨਾ ਅੱਲਾਹ ਦੇ ਰਸੂਲ ਤੋਂ ਐਡੀਆਂ ਮੁਸਤਨਦ ਹੁੰਦੀਆਂ, ਅਤੇ ਜਿਹੜੇ ਅਹਿਲ ਸੁਨਨ ਦੀਆਂ ਵੱਡੀਆਂ ਕਿਤਾਬਾਂ ਹੈ ਬੁਖਾਰੀ ਹੈ ਮੁਸਲਿਮ ਹੈ ਮੌਤਾ, ਕੋਈ ਜ਼ਿਕਰ ਕਰਨਾ ਨਾ ਨਹੀਂ ਲਿਆ, ਬਿਲਕੁਲ ਜ਼ਿਕਰ ਤੱਕ ਨਹੀਂ ਕੀਤਾ, ਸਹੀ ਗਲਤ ਕੁਛ ਨਹੀਂ ਇਸ਼ਾਰਾ ਕੀਤਾ। ਲੈ ਦੇ ਕੇ ਇਮਾਮ ਤਿਰਮਿਜ਼ੀ ਰਹਿਮਤੁੱਲਾਹ ਨੇ ਇੱਕ ਰਵਾਇਤ ਲਿਖੀ, ਉਹਦੇ ਬਾਅਦ ਆਪ ਹੀ ਉਹਦੇ 'ਚ ਖਾਮੀਆਂ ਹੀ ਖਾਮੀਆਂ ਕਰ ਲਈ। ਉਹ ਮਸ਼ਹੂਰ ਹੈ ਕਿ ਅੰਮਾ ਆਇਸ਼ਾ ਰਜ਼ੀ ਅੱਲਾਹੁ ਤਾਲਾ ਨੇ ਇੱਕ ਰਾਤ ਵੇਖਿਆ ਮੇਰੇ ਰਸੂਲ ਕਰੀਮ ਅਲੈਹਿ ਸਲਾਮ ਆਇਸਤਾਨਾ ਉੱਠੇ ਤੋਂ ਨਿਕਲ ਗਿਆ, ਉਹਨਾਂ ਦੇ ਦਿਲ 'ਚ ਖਿਆਲ ਆਇਆ ਵੀ ਸ਼ਾਇਦ ਕਿਸੇ ਦੂਸਰੀ ਬੀਵੀ ਵੱਲ ਗਿਆ, ਪਿੱਛੇ ਹੋ ਗਈ, ਕਬਰਸਤਾਨ ਚਲੇ ਗਏ, ਦੁਆ ਲੰਬੀ ਕੀਤੀ, ਵਾਪਸ ਮੁੜੇ, ਉਹ ਅੱਗੇ ਅੱਗੇ ਦੌੜ ਕੇ ਆ ਕੇ ਬਿਸਤਰ 'ਤੇ ਲੇਟ ਗਈਆਂ, ਹਜ਼ੂਰ ਆਏ ਤਾਂ ਵੇਖਿਆ ਸਾਹ ਚੜਿਆ, ਫਰਮਾਇਆ ਸ਼ਾਹ ਕੀ ਗੱਲ, ਕਿਆ ਅੱਲਾਹ ਦੇ ਰਸੂਲ ਸੱਚੀ ਗੱਲ ਇਹੀ ਹੈ ਵੀ ਮੈਨੂੰ ਤਾਂ ਆਹ ਖਿਆਲ ਹੋਇਆ ਸੀ, ਮਗਰ ਉੱਥੇ ਗੱਲ ਹੀ ਹੋਰ, ਫਰਮਾਇਆ ਮੈਨੂੰ ਤਾਂ ਜਬਰੀਲ ਅਲੈਹਿ ਸਲਾਮ ਨੇ ਆਖਿਆ ਸੀ ਵੀ ਮੈਂ ਉਹਨਾਂ ਬੱਕੀ ਵਾਲਿਆਂ ਦੀ ਦੁਆ ਕਰ, ਮੈਂ ਉਹਨਾਂ ਦੀ ਬਖਸ਼ੀ ਲਈ ਦੁਆ ਕਰਨ ਗਿਆ, ਤਾਂ ਫਰਮਾਇਆ ਇਸ ਰਾਤ ਜਿਹੜੇ ਨਾ ਫਲਾਨਾ ਕਬੀਲਾ ਬਨੂ ਕਲਬ ਉਹਨਾਂ ਦੀ ਬੱਕਰੀਆਂ ਦੇ ਵਾਲ ਜਿੰਨੇ ਨੇ ਉਹਨੇ ਗੁਨਾਹਗਾਰ ਬਖਸ਼ੇ ਜਾਂਦੇ ਹੈਂ। ਇਹ ਲਿਖ ਕੇ ਇਮਾਮ ਤਿਰਮਿਜ਼ੀ ਅੱਗੇ ਲਿਖਦੇ ਮੇਰੇ ਉਸਤਾਦ ਇਮਾਮ ਮੁਹੰਮਦ ਬਿਨ ਇਸਮਾਈਲ ਬੁਖਾਰੀ ਨੂੰ ਜ਼ਈਫ ਕਰਾਰ ਦਿੰਦੇ ਸੀ, ਇਹਦੇ 'ਚ ਹਜਾਜ ਬਿਨ ਅਰਤਾਦ ਜਿਹੜਾ ਉਹ ਵੀ ਜ਼ਈਫ ਹੈ, ਯਾਹਯਾ ਬਿਨ ਨਬੀ ਕਸੀਰ ਨੇ ਕੋਈ ਹਜ਼ਰਤ ਐਸਾ ਤੋਂ ਨਹੀਂ ਸੁਣਿਆ, ਯਾਨੀ ਕਮਜ਼ੋਰੀਆਂ ਹੀ ਕਮਜ਼ੋਰੀ।
تو ایسیاں گلیں ادھر دین بن گیا بے پانچ وقت نماز کی فکر کوئی نہیں، رمضان شریف کے روزے لنگنے کوئی صدمہ نہیں، یہو جہ دن جڑا وہ باقی مسجد کے چلے جاؤ اتنے نال حلوا پکا ہوں، چائے شائے ہوں کھانے پیندے، ادی رات کو بتیاں بجھ جانیاں پھر روندے روندے دسر چن جن والی پہ ماوا نے کیوں جنیا اس دنیا کیوں آئے، اپنی قسمت سے روندے، اسلام کا اشر سی کر چڑیا پوری دنیا کے کافروں نے دین پیروں تھلے رونتا، اسلام جڑا انہوں کچن سے تلے ہے تو راتاں سڑ گئی، تو یہ لہرا تل شاہ نسم شابان کوئی حدیث پا کے ایک بھی نہیں جنہوں کوئی کہہ سکے ہاں اس شابان کے مہینے کے بارے، یہ ضرور رسول کریم علیہ السلام کی سنت ہے بھائی رمضان شریف تو بعد آپ نے سب تو زیادہ روزے اس مہینے رکھے، یعنی آپ تو ایسا نشہ تاری ہوں سی رسول کریم روزے نا اتنا پیار سی بھائی رمضان کے فرض روزے نہیں شروع ہوتے تو تقریباً پورا مہینہ شاید ہی کوئی دن چھٹے پڑنا پورا ہی لنگ جاتا سی روزے رکھی چلے جاتے